सरकारां ने पूरा जोर ला लिया कि किसानां नूं दिल्ली नहीं आण देना, पर साडे नाल अज्ज ओह वीर मौजूद ने जो कि 26 तरीक नूं 3 बजे दिल्ली पहुँच गए सी। ते जाणदे उहनां तों कि ओह सब तों पहलां जदों दिल्ली पहुँचे उहनां नाल की होया उत्थे, पूरी कहानी उहनां दी जुबानी सुणदे आं। हांजी वीर, सति श्री अकाल। सति श्री अकाल जी। ਤੁਸੀਂ ਸਭ ਤੋਂ ਪਹਿਲਾਂ ਦਿੱਲੀ ਪਹੁੰਚੇ, ਜਿਵੇਂ ਜਿਵੇਂ ਹੁਣੇ ਤੁਸੀਂ ਦੱਸਿਆ ਸਾਨੂੰ, ਕੀ ਕਹਿਣਾ ਚਾਹੋਗੇ? ਕਿਵੇਂ ਤੁਸੀਂ ਪਹੁੰਚੇ ਬਾਰਡਰ ਪਾਰ ਕਰਕੇ, ਕਿਵੇਂ ਤੁਸੀਂ ਦਿੱਲੀ ਪਹੁੰਚੇ? ਅਸੀਂ ਸ਼ੰਭੂ ਬਾਰਡਰ ਤੋਂ ਚੱਲੇ ਸੀ ਅਤੇ ਸ਼ੰਭੂ ਬਾਰਡਰ ਨੂੰ ਸਾਢੇ ਦਸ ਗਿਆਰਾਂ ਵਜੇ ਅਸੀਂ ਉੱਥੋਂ ਫਤਿਹ ਕਰਤਾ ਸੀਗਾ। ਸਾਢੇ ਦਸ ਗਿਆਰਾਂ ਅਸੀਂ ਫਤਿਹ ਕਰਨ ਤੋਂ ਬਾਅਦ ਫਿਰ ਅਸੀਂ ਦਿੱਲੀ ਨੂੰ ਮਤਲਬ ਰਵਾਨਗੀ ਆਪਦੀ ਪਾਤੀ ਅਤੇ ਦਿੱਲੀ ਅਸੀਂ 3:30 ਵਜੇ ਸਹੀ ਰਾਈਟ ਇੰਡੀਆ ਗੇਟ 'ਤੇ ਪਹੁੰਚ ਗਏ ਸੀ। ਅਤੇ ਇੰਡੀਆ ਗੇਟ 'ਤੇ ਆ ਕੇ ਅੱਗੇ ਜਦੋਂ ਬੈਰੀਅਰ ਲੱਗਿਆ ਹੋਇਆ ਸੀ ਤਾਂ ਸਾਨੂੰ ਉੱਥੇ ਪੁਲਿਸ ਪ੍ਰਸ਼ਾਸਨ ਨੇ ਪੁੱਛਿਆ, ਸਭ ਤੋਂ ਪਹਿਲਾ ਸਵਾਲ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਇਹ ਹੀ ਸੀ ਕਿ ਤੁਸੀਂ ਇੱਥੋਂ ਤੱਕ ਕਿਵੇਂ ਪਹੁੰਚ ਗਏ। ਤਾਂ ਅਸੀਂ ਬਸ ਇਹੀ ਜਵਾਬ ਦਿੱਤਾ ਉਹਦਾ ਵੀ ਪਹੁੰਚ ਗਏ ਹਾਂ ਅਸੀਂ, ਸਾਨੂੰ ਵੀ ਨਹੀਂ ਪਤਾ ਵੀ ਅਸੀਂ ਕਿਵੇਂ ਪਹੁੰਚ ਗਏ, ਉਹ ਕਿਹੜੀ ਹਿੰਮਤ ਹੈ, ਕਿਹੜਾ ਜੋਸ਼ ਹੈ, ਕਿਹੜਾ ਸਾਡੇ ਅੰਦਰੋਂ ਜਜ਼ਬਾ ਹੈ ਅਤੇ ਕਿਹੜਾ ਸਾਡਾ DNA ਹੈ ਜਿਹੜਾ ਸਾਨੂੰ ਇੱਥੇ ਖਿੱਚ ਕੇ ਲੈ ਆਇਆ। ਉਸ ਤੋਂ ਬਾਅਦ ਅੱਗੇ ਤੁਹਾਡੇ ਨਾਲ ਕੀ ਹੋਇਆ? ਉੱਥੋਂ ਤੁਹਾਨੂੰ ਗ੍ਰਿਫਤਾਰ ਕਰਕੇ ਕਿੱਥੇ ਲਿਜਾਇਆ ਗਿਆ ਜਾਂ ਉਸ ਤੋਂ ਬਾਅਦ ਸਾਨੂੰ ਉੱਥੇ ਉਹਨਾਂ ਨੇ ਗ੍ਰਿਫਤਾਰ ਕਰਕੇ ਸਾਡੀਆਂ ਗੱਡੀਆਂ ਉੱਥੇ ਜਮ੍ਹਾਂ ਕਰ ਲਈਆਂ। ਸਾਡੀਆਂ ਗੱਡੀਆਂ ਜਮ੍ਹਾਂ ਕਰਨ ਤੋਂ ਬਾਅਦ ਸਾਨੂੰ ਜਿਪਸੀ 'ਚ ਬਿਠਾ ਲਿਆ ਗਿਆ, ਅੱਧਾ ਪੌਣਾ ਘੰਟਾ ਦਿੱਲੀ 'ਚ ਘੁਮਾਉਂਦੀ ਫਿਰੀ। ਲਾਸਟ ਦੇ ਵਿੱਚ ਸਾਨੂੰ ਇੱਕ ਸਟੇਡੀਅਮ 'ਚ ਇਕੱਠਾ ਕਰ ਲਿਆ ਉਹਨਾਂ ਨੇ ਅਤੇ ਉੱਥੇ ਅਸੀਂ ਪੂਰੀ ਸ਼ਾਮ ਤੱਕ ਉੱਥੇ ਰਹੇ। ਫਿਰ ਜਦੋਂ ਇਹਨਾਂ ਨੇ ਸਰਕਾਰ ਨੇ ਆਪਣੇ ਮੋਦੀ ਸਰਕਾਰ ਨੇ ਕੇਜਰੀਵਾਲ ਨੂੰ ਕਿਹਾ ਸਾਨੂੰ ਤੁਸੀਂ ਸਟੇਡੀਅਮ ਦਿਓ ਜਿਹਦੇ 'ਚ ਅਸੀਂ ਜ਼ਿਮੀਂਦਾਰ ਕਿਸਾਨਾਂ ਨੂੰ ਰੱਖਣਾ ਹੈ, ਤਾਂ ਕੇਜਰੀਵਾਲ ਨੇ ਉਹ ਚੀਜ਼ ਨੂੰ ਜਦ ਮਨ੍ਹਾ ਕਰਤਾ ਕਿ ਅਸੀਂ ਤੁਹਾਨੂੰ ਸਟੇਡੀਅਮ ਰੈਡੀ ਕਰਕੇ ਨਹੀਂ ਦੇ ਸਕਦੇ, ਫਿਰ ਉਸ ਹਾਲਤ 'ਚ ਸਾਨੂੰ ਉਹਨਾਂ ਨੇ ਸਟੇਡੀਅਮ ਤੋਂ ਬਾਹਰ ਕਰਿਆ। ਤੁਹਾਡੇ ਕਿੰਨੇ ਲੋਕਾਂ ਦੀ ਟੀਮ ਸੀ? ਤੁਸੀਂ ਕਿੰਨੇ ਕਿਸਾਨ ਉੱਥੇ ਪਹੁੰਚੇ ਸੀ ਉਸ ਵਕਤ? ਇੰਡੀਆ ਗੇਟ 'ਤੇ ਸੀ 3 ਸੀਗੇ ਜੀ, ਅਤੇ ਜਿਹੜੇ ਬਾਕੀ ਸੀਗੇ ਉਹ ਅਲੱਗ ਅਲੱਗ ਲੋਕੇਸ਼ਨ ਤੋਂ ਜਿਹੜੇ ਫੜੇ ਵੀ ਸੀ। ਤਾਂ ਸਟੇਡੀਅਮ ਦੇ ਵਿੱਚ ਅਸੀਂ 40 ਤੋਂ 50 ਲੋਕ ਸੀਗੇ ਜਿੱਥੇ ਸਾਨੂੰ ਲਿਜਾਇਆ ਗਿਆ ਸੀ ਬਾਅਦ ਦੇ ਵਿੱਚ। ਅੱਜ 5ਵਾਂ ਦਿਨ ਹੋ ਗਿਆ, ਸਰਕਾਰਾਂ ਤੁਹਾਡੀ ਗੱਲ ਨਹੀਂ ਸੁਣ ਰਹੀਆਂ, ਕੀ ਕਹਿਣਾ ਚਾਹੋਗੇ ਇਹਨਾਂ ਸਰਕਾਰਾਂ ਨੂੰ? ਦੇਖੋ, ਸਰਕਾਰਾਂ ਨੂੰ ਇਹ ਗੱਲ ਤਾਂ ਸੁਣਨੀ ਪੈਣੀ ਹੈ ਸਾਡੀ, ਹੈ ਨਾ। ਅਸੀਂ ਇਕੱਲੇ ਪੰਜਾਬੀ ਨਹੀਂ ਹੈ, ਹਰਿਆਣੇ ਦੇ ਹੈ, ਯੂਪੀ ਦੇ ਹੈ, ਜਾਂ ਜਿੱਥੋਂ ਜਿੱਥੋਂ ਦੇ ਵੀ ਕਿਸਾਨ ਚੱਲ ਕੇ ਆ ਰਹੇ ਹੈ, ਕਿਸੇ ਇੱਕ ਬੰਦੇ ਦਾ ਜਾਂ ਕਿਸੇ ਇੱਕ ਸ਼ਹਿਰ ਇੱਕ ਸਟੇਟ ਦਾ ਦਿਮਾਗ ਖਰਾਬ ਹੋ ਸਕਦਾ, ਸਾਰੀਆਂ ਸਟੇਟਾਂ ਦਾ ਜਾਂ ਹੋਰ ਉਹ ਦਿਮਾਗ ਨਹੀਂ ਖਰਾਬ। ਇੱਥੇ ਤਾਂ ਜਿਹੜੀਆਂ ਤਾਨਾਸ਼ਾਹੀ ਸਰਕਾਰਾਂ ਹੈ ਸਿਰਫ ਉਹ ਇਹ ਦਿਖਾ ਰਹੀਆਂ ਕਿ ਆਪਦੀ ਹੰਕੜ ਉਹਨਾਂ 'ਚ ਇੰਨਾ ਹੰਕਾਰ ਭਰਿਆ ਹੋਇਆ ਤਾਨਾਸ਼ਾਹੀ ਸਰਕਾਰਾਂ 'ਚ ਵੀ ਉਹ ਥੱਲੇ ਆਪਦੀ ਗੱਲ ਨੂੰ ਡਿੱਗਣ ਨਹੀਂ ਦੇਣਾ ਚਾਹੁੰਦੀਆਂ। ਆਹ ਜਿਹੜਾ ਅੰਦੋਲਨ ਹੈ ਹੁਣ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ, ਇਹਦੇ 'ਚ ਹਰਿਆਣਾ, ਪੰਜਾਬ, ਯੂਪੀ ਸਾਰੀ ਥਾਵਾਂ ਦਾ ਕਿਸਾਨ ਆ ਕੇ ਕਿਸਾਨਾਂ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋ ਗਿਆ। ਵਿੱਚ ਜਵਾਨ ਵੀ ਸ਼ਾਮਿਲ ਹੋ ਗਏ ਨੇ ਜੋ ਆਪਣੇ ਫੌਜ ਤੋਂ ਰਿਟਾਇਰ, ਜਿਹੜੇ ਆਪਣੇ ਫੌਜੀ ਭਰਾ ਨੇ ਅਤੇ ਪੁਲਿਸ ਤੋਂ ਰਿਟਾਇਰ ਨੇ, ਸਭ ਆਪਣੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ। ਇਹ ਅੰਦੋਲਨ ਅੱਗੇ ਕੀ ਰੂਪ ਲਊਗਾ? ਦੇਖੋ, ਅੰਦੋਲਨ ਦੇ ਕੋਈ ਵੀ ਅੰਦੋਲਨ ਹੁੰਦਾ, ਕਿਸੇ ਵੀ ਤਰ੍ਹਾਂ ਦੇ ਅੰਦੋਲਨ ਉੱਠਦੇ ਆ, ਜਾਂ ਅੰਦੋਲਨਾਂ ਦੇ ਆਪਾਂ ਇੱਕ ਗੱਲ ਨੂੰ ਪਹਿਲਾਂ ਸਮਝਦੇ ਹਾਂ ਵੀ ਅੰਦੋਲਨਾਂ ਦੇ ਵਹਿਣ ਹੁੰਦੇ ਆ, ਹੈ ਨਾ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਗਾ ਵੀ ਅੰਦੋਲਨ ਸਾਨੂੰ ਜਿਹੜਾ ਦਿੱਤਾ ਗਿਆ ਟਾਰਗੇਟ ਸੀਗਾ ਜਿੱਥੇ ਅਸੀਂ ਜਾਣਾ ਸੀਗਾ ਉਹ ਸੀਗਾ ਜੰਤਰ ਮੰਤਰ, ਠੀਕ ਹੈ ਜੀ, ਜਾਂ ਇੰਡੀਆ ਗੇਟ ਤੋਂ ਪਹੁੰਚਣਾ ਸੀਗਾ। ਪਰ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਜਦੋਂ ਇਹ ਸਾਨੂੰ ਕਹਿਣਗੇ ਜੀ ਤੁਸੀਂ ਬਰਾੜੀ ਜਾ ਵੜੋ, ਉੱਥੇ ਤੁਹਾਨੂੰ ਜਗ੍ਹਾ ਦਿੱਤੀ ਜਾ ਰਹੀ ਹੈ, ਸਾਰੇ ਕਿਸਾਨ ਉੱਥੇ ਇਕੱਠੇ ਕਰਨੇ ਆ ਜਾਂ ਜੇ ਉਹ, ਪਰ ਅਸੀਂ ਉੱਥੇ ਇਕੱਠੇ ਹੋਣ ਨੂੰ ਅਸੀਂ ਬਿਲਕੁਲ ਨਕਾਰਿਆ, ਉੱਥੇ ਨਹੀਂ ਅਸੀਂ ਜਾਵਾਂਗੇ, ਅਸੀਂ ਜਿੱਥੇ ਹੈਗੇ ਹਾਂ ਇਸੇ ਬਾਰਡਰ 'ਤੇ ਰਹਾਂਗੇ। ਬਾਕੀ ਅਲੱਗ ਅਲੱਗ ਬਾਰਡਰਾਂ 'ਤੇ ਸਾਡੇ ਕਿਸਾਨ ਜਥੇਬੰਦੀਆਂ ਅਤੇ ਹੋਰ ਵੀਰ ਸਾਡੇ ਨਾਲ ਹੈਗੇ ਆ, ਇਸ ਟਾਈਮ ਦਿੱਲੀ ਦੇ ਜਿਹੜੇ ਸਾਰੇ ਬਾਰਡਰ ਹੈ ਘੇਰੇ ਹੋਏ ਨੇ। ਬਰਾੜੀ ਮੈਦਾਨ 'ਚ ਕਿਸਾਨਾਂ ਨੂੰ ਸੱਦਣਾ ਕੀ ਇੱਕ ਸਾਜਿਸ਼ ਹੈ? ਬਿਲਕੁਲ ਸਾਜਿਸ਼ ਹੈ ਜੀ, ਕਿਉਂਕਿ ਉੱਥੇ ਤਾਂ ਕੋਈ ਫਰਕ ਹੀ ਨਹੀਂ ਪੈਣਾ, ਉੱਥੇ ਤਾਂ ਖੁੱਲ੍ਹੀ ਜਗ੍ਹਾ, ਠੀਕ ਹੈ। ਬਰਾੜੀ ਮੈਦਾਨ 'ਚ ਬੈਠੇ ਰਹੋ, ਆਪਦਾ ਤੰਬੂ ਲਾ ਕੇ ਜਿੰਨਾ ਟਾਈਮ ਮਰਜ਼ੀ ਬੈਠੇ ਰਹੋ, ਸਰਕਾਰ ਦੇ ਕੀ ਜੂੰ ਸਰਕਣੀ ਹੈ ਗੰਨ 'ਤੇ ਉੱਥੇ ਪਹੁੰਚਣ। ਔਰ ਮੈਂ ਸਾਰੇ ਤੁਹਾਡੇ ਚੈਨਲ ਦੇ ਥਰੂ ਵੀ ਕਹੂੰਗਾ, ਸਾਰੇ ਕਿਸਾਨ ਜਥੇਬੰਦੀਆਂ ਬਹੁਤ ਸਿਆਣੀਆਂ ਸਾਡੀਆਂ, ਸਮਝਦਾਰ ਹੈ, ਉੱਥੇ ਕੋਈ ਨਹੀਂ ਪਹੁੰਚੂਗਾ। ਬਹੁਤ ਵਾਰੀ ਇਹ ਵੇਖਿਆ ਗਿਆ ਸਰਕਾਰ ਅੰਦੋਲਨਾਂ ਨੂੰ ਵਿਫਲ ਕਰਨ ਲਈ ਉਹਦੇ ਨਾਲ ਕਿਸੇ ਨਾ ਕਿਸੇ ਪਾਰਟੀ ਨੂੰ ਜੋੜ ਦਿੰਦੇ ਨੇ। ਆਪਣੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਹਨੂੰ ਵੀ ਕਈ ਪਾਰਟੀਆਂ ਦੇ ਨਾਲ ਜੋੜ ਦਿੱਤਾ ਗਿਆ। ਕਿਸਾਨਾਂ ਨੂੰ ਕਹਿੰਦੇ ਨੇ ਇਹ ਬਹਿਕਾਵੇ 'ਚ ਆ ਰਹੇ ਨੇ, ਇਹ ਕਾਂਗਰਸੀ ਨੇ। ਆਪਣਾ ਹਰਿਆਣਾ ਸੀ ਜੋ ਹਰਿਆਣੇ 'ਚ ਕੁਰਸ਼ੇਤਰ 'ਚ ਵੀ ਲਾਠੀ ਚਾਰਜ ਹੋਇਆ ਸੀ ਕਿਸਾਨ ਵੀਰਾਂ 'ਤੇ, ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਕਿ ਇਹ ਕਿਸਾਨ ਨਹੀਂ ਨੇ, ਇਹ ਕਾਂਗਰਸੀ ਨੇ। ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਲੀਡਰਾਂ ਦਾ ਤਾਂ ਹੁਣ ਕੁਛ ਰਹਿ ਹੀ ਨਹੀਂ ਗਿਆ, ਚਾਹੇ ਉਹ ਕਾਂਗਰਸੀ ਹੋਣ ਜਾਂ ਅਕਾਲੀ ਹੋਣ। ਹੁਣ ਗੱਲਬਾਤ ਕਿੱਥੇ ਹੈ ਵੀ ਅੱਗੇ ਦਿੱਲੀ ਹੈ ਅਤੇ ਪਿੱਛੇ ਲੋਕ ਹੈ, ਇਸ ਕਰਕੇ ਲੀਡਰਾਂ ਦੀ ਇੱਥੇ ਕੋਈ ਰਹਿਨੁਮਾਈ ਨਹੀਂ ਰਹੇਗੀ। ਕੋਈ ਇੱਥੇ ਕੋਈ ਆਗੂ ਨਹੀਂ ਹੈ ਲੀਡਰਾਂ ਲੂਡਰਾਂ ਦਾ, ਕਿਸੇ ਦਾ ਆਗੂ ਪੁਣਾ ਤਾਂ ਮੰਨਿਆ ਨਹੀਂ ਜਾਊਗਾ। ਇੱਥੇ ਕੀ ਹੈ, ਇੱਥੇ ਹਰ ਇੱਕ ਬੰਦਾ ਆਪਦਾ ਸੰਘਰਸ਼ ਦੀ ਲੜਾਈ ਲੜਨਾ ਆਇਆ, ਨਾ ਕਿ ਕਿਸੇ ਲੀਡਰਸ਼ਿਪ ਕਰਕੇ। ਅਸੀਂ ਕਿਸੇ ਵੀ, ਮੈਂ ਤਾਂ ਵੈਸੇ ਵੀ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ, ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਇੱਕ ਬਿਜ਼ਨਸਮੈਨ ਹੈ, ਪਰ ਆਪਣਾ ਬਿਜ਼ਨਸ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲਾਂ ਅਸੀਂ ਕੀ ਹੈ, ਅਸੀਂ ਇੱਕ ਪੰਜਾਬੀ ਹਾਂ
ਲੋਕਲ ਜੋ ਇੱਥੋਂ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਮਿਲ ਰਿਹਾ ਕਿਸਾਨਾਂ ਨੂੰ ਪੂਰਨ ਰੂਪ ਤੋਂ, ਤੁਸੀਂ ਕੀ ਕਹੋਗੇ? ਦੇਖੋ ਜਿੰਨਾ ਸਾਡਾ ਹਰਿਆਣਾ ਨੇ ਸਪੋਰਟ ਕੀਤਾ ਜੀ, ਅੱਜ ਉਹਨੇ ਸਾਬਤ ਕਰਤਾ ਵੀ ਉਹ ਸਾਡੇ ਕਜ਼ਨ ਬ੍ਰਦਰ ਹੈ ਹਰਿਆਣਾ, ਉਹਨੇ ਅੱਜ ਸਾਬਤ ਕਰਤਾ ਹੈ ਸਾਨੂੰ ਇੱਥੋਂ ਤੱਕ ਆਉਣ ਦੇ ਵਿੱਚ। ਹਰਿਆਣਾ ਨੇ ਸਾਡੀ, ਹਰਿਆਣਾ ਦੀ ਸਰਕਾਰ ਨੇ ਨਹੀਂ ਮੰਗਾਉਂਗਾ, ਹਰਿਆਣਾ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਔਰ ਦਿੱਲੀ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਿਹਾ, ਦਿੱਲੀ ਦੇ ਲੋਕ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ। ਹਰਿਆਣਾ ਸਰਕਾਰ ਦੇ ਬਹੁਤ ਸਾਰੇ ਬਿਆਨ ਆਉਂਦੇ ਨੇ ਜਿਨ੍ਹਾਂ ਨਾਲ ਕਿ ਭਾਈਚਾਰਾ ਟੁੱਟੇ ਹਰਿਆਣਾ ਪੰਜਾਬ ਦਾ, ਉਹਨਾਂ ਸਰਕਾਰਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਤੁਸੀਂ ਕਿ ਆਹ ਹਰਿਆਣਾ ਪੰਜਾਬ ਦਾ ਭਾਈਚਾਰਾ ਹੈ, ਇਹ ਅੱਜ ਦਾ ਨਹੀਂ ਹੈ, ਇਹ ਬਹੁਤ ਪੁਰਾਣਾ, ਉਸ 'ਤੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਇੱਕ ਵੀ ਇਹ ਸਟੰਟ ਬਹੁਤ ਪੁਰਾਣੇ ਹੋ ਗਏ ਹੈ, ਹੁਣ ਪੰਜਾਬ ਦੇ ਹੋਣ ਜਾਂ ਹਰਿਆਣੇ ਦੇ ਹੋਣ, ਜੋ ਯੰਗ ਜਨਰੇਸ਼ਨ ਹੈ ਉਹ ਇਹਨਾਂ ਗੱਲਾਂ ਬਾਤਾਂ ਤੋਂ ਬੜੀ ਉੱਚੀ ਉੱਠੀ ਹੋਈ ਹੈ, ਸੋ ਇਹ ਨਿੱਕੇ ਮੋਟੇ ਸਟੰਟ ਦਾ ਨਹੀਂ ਹੁਣ ਚੱਲਣੇ, ਕੋਈ ਹੋਰ ਨਵਾਂ ਦਾ ਖੇਡਣਾ ਚਾਹੁੰਦੇ ਤਾਂ ਖੇਡਣ ਲੈਣਾ ਆਪਣਾ। ਤੁਹਾਡੇ ਨਾਲ ਆ ਵੀਰ ਵੀ ਲੱਗਦਾ ਮੌਜੂਦ ਸੀ, ਬਾਈ ਰਾਮ ਜੀ ਆਪਣੇ ਮੇਰੇ ਨਾਲ ਸੀ ਉੱਥੇ ਧਰਨੇ ਜਦੋਂ ਅਸੀਂ ਇੰਡੀਆ ਗੇਟ ਸੀਗੇ, ਇਹ ਬਾਈ ਜੀ ਵੀ ਮੇਰੇ ਨਾਲ ਸੀ। ਕੀ ਕਹਿਣਾ ਚਾਹੋਗੇ ਇਹਨਾਂ ਤਾਨਾਸ਼ਾਹ ਸਰਕਾਰਾਂ ਨੂੰ? ਉਹ ਕਹਿੰਦੇ ਹੁੰਦੇ ਨਾ ਗੁਰੂ ਨਾਨਕ ਜੀ ਦਾ, ਏਤੀ ਮਾਰ ਪਈ ਕੁਰਲਾਣਾ ਤੈਂ ਕਹਿ ਦਰਦ ਨਾ। ਜਦੋਂ ਜਿਸ ਟਾਈਮ ਬਾਬਰ ਦਾ ਰਾਜ ਸੀ, ਤਾਨਾਸ਼ਾਹ ਜਿਵੇਂ ਹੁਣ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ, ਮੋਦੀ ਅਤੇ ਬਾਬਰ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ, ਇਸ ਟਾਈਮ ਉਹੀ ਹੋਇਆ ਜਿਸ ਟਾਈਮ ਉਦੋਂ ਵੀ ਲੋਕਾਂ ਕੋਲ ਕੋਈ ਲੀਡਰ ਨਹੀਂ ਸੀ, ਜਿਵੇਂ ਮੇਰਾ ਬਾਬਾ ਨਾਨਕ ਅਕਾਲ ਪੁਰਖ ਨੇ ਭੇਜਿਆ ਸੀ, ਉਸੇ ਤਰ੍ਹਾਂ ਸੇਮ ਵਿਤਰਾਂਤ ਆ ਇਹ, ਉਸੇ ਤਰ੍ਹਾਂ ਅੱਜ ਬਿਨਾਂ ਲੀਡਰ ਤੋਂ ਕਿਸੇ ਤੋਂ ਅਕਾਲ ਪੁਰਖ ਦੀ ਗਵਾਹੀ ਹੇਠ ਆ ਸੰਗਤ ਇੱਥੇ ਪਹੁੰਚ ਚੁੱਕੀ ਹੈ। ਰੁਕਾਵਟਾਂ ਤੁਸੀਂ, ਤੁਹਾਨੂੰ ਵੀ ਪਤਾ ਹੀ ਹੈ ਕਿੰਨੀਆਂ ਲਾਈਆਂ ਗਈਆਂ ਸੀ, ਇਹ ਸਿਰਫ ਮੇਰੇ ਅਕਾਲ ਪੁਰਖ ਦੀ ਹੈ, ਉਹਨੇ ਅਗਵਾਈ ਕੀਤੀ ਹੈ ਅਤੇ ਇੱਥੋਂ ਤੱਕ ਆਏ ਹਾਂ, ਅਤੇ ਮੋਰਚਾ ਵੀ ਸਾਡਾ ਫਤਿਹ ਉਹੀ ਕਰਾਊਗਾ। ਹੁਣ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਪੂਰੇ ਸ਼ਾਂਤੀ ਤੌਰ ਤਰੀਕਿਆਂ ਨਾਲ ਚੱਲ ਰਿਹਾ, ਜਿਵੇਂ ਕਿ ਪਿੱਛੇ ਵਿਖਾਇਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ, ਸਾਡੇ ਕੈਮਰਾਮੈਨ ਨੂੰ ਕਹਾਂਗਾ ਮੈਂ ਦਿਖਾਉਣਗੇ ਕਿ ਇੱਥੇ ਪਾਠ ਕੀਤਾ ਜਾ ਰਿਹਾ ਲਗਾਤਾਰ ਸ਼ਾਂਤੀਪੂਰਨ ਤਰੀਕੇ ਨਾਲ, ਸਾਡਾ ਜੋ ਪ੍ਰੋਟੈਸਟ ਹੈ ਕਿਸਾਨ ਵੀਰਾਂ ਦਾ ਚੱਲ ਰਿਹਾ। ਕਿ ਸਰਕਾਰਾਂ ਇਹਨੂੰ ਵਿਫਲ ਕਰਨ ਵਾਸਤੇ ਇਹਦੇ ਵਿੱਚ ਕੁਛ ਆਪਦੇ ਬੰਦੇ ਵੀ ਭੇਜ ਸਕਦੀਆਂ ਨੇ, ਕਿ ਐਵੇਂ ਦਾ ਕੁਛ ਹੋ ਸਕਦਾ? ਭੇਜਣਗੀਆਂ ਜੀ, ਭੇਜਣਗੀਆਂ, ਉਹ ਉਹਨਾਂ ਦੀ ਰਣਨੀਤੀ ਹੈ, ਅਸੀਂ ਉਹਨਾਂ ਨਾਲ ਕਿਵੇਂ ਨਜਿੱਠਣਾ ਇਹ ਸਾਡੀ ਰਣਨੀਤੀ। ਸਾਡਾ ਅਕਾਲ ਪੁਰਖ ਇੱਥੇ ਲੈ ਆਇਆ ਨਾ, ਬਸ ਸਾਡੀ ਨਿਸ਼ਚਾ ਉਸੇ 'ਤੇ ਹੀ ਹੈ, ਉਹ ਆਪੇ ਇਹਨਾਂ ਦੀਆਂ ਤਿਆਰੀਆਂ ਦੇਖ ਰਿਹਾ ਕੀ ਕਰ ਰਹੇ ਆ, ਅਤੇ ਆਪੇ ਨਜਿੱਠੂਗਾ। ਆ ਸੀ ਸਾਡੇ ਨਾਲ ਪੰਜਾਬ ਦੇ ਕੁਛ ਵੀਰ ਜੋ ਕਿ 26 ਤਰੀਕ ਨੂੰ ਆਪਣਾ ਦਿੱਲੀ ਬਾਰਡਰ ਤੋਂ ਕਰੋਸ ਕਰਕੇ ਇੰਡੀਆ ਗੇਟ ਪਹੁੰਚ ਗਏ ਸੀ, ਉਹਨਾਂ ਦੇ ਦੁੱਖ ਤੁਹਾਡੇ ਨਾਲ ਸੀ ਸਾਂਝੇ ਕੀਤੇ। ਇਹ ਉਹੀ ਸਰਕਾਰਾਂ ਨੇ ਜੋ ਏਸੀ ਵਾਲੇ ਕਮਰੇ 'ਚ ਬਹਿ ਕੇ ਕਿਸਾਨਾਂ ਦੇ ਅਣਬਾਜ਼ੀਆਂ ਆਉਂਦੀਆਂ ਨੇ, ਜਿਨ੍ਹਾਂ ਨਾਲ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ। ਐਵੇਂ ਦੀਆਂ ਸਰਕਾਰਾਂ ਨੂੰ ਬਸ ਇੰਨਾ ਹੀ ਕਹਿਣਾ ਚਾਹਾਂਗੇ ਕਿ ਤੁਸੀਂ ਕਿਸਾਨਾਂ ਅਤੇ ਜਵਾਨਾਂ ਦੇ ਨਾਂ 'ਤੇ ਵੋਟ ਮੰਗਦੇ ਹੋ, ਉਹਨਾਂ ਦੀ ਤਾਂ ਸ਼ਰਮ ਕਰ ਲਓ। ਜਿਹੜੇ ਅੱਜ ਇੱਥੇ ਆ ਰੋਡਾਂ 'ਤੇ ਧਰਨੇ ਲਾ ਰਹੇ ਨੇ, ਉਹ ਦਿਨ ਰਾਤ ਤੁਹਾਡੇ ਲਈ ਦੇਸ਼ ਦਾ ਢਿੱਡ ਭਰਨ ਲਈ ਅਨਾਜ ਉਗਾਉਂਦੇ ਨੇ, ਉਹਨਾਂ ਦੀ ਤਾਂ ਸ਼ਰਮ ਕਰ ਲਓ ਜਿਹੜਿਆਂ ਦਾ ਤੁਸੀਂ ਅਨਾਜ ਖਾਂਦੇ ਹੋ। ਧੰਨਵਾਦ।